सिटी वाले ते SHOs DSPs ते SSP साहब ये सारे एक दे नाल मिलके असीं ये ऑपरेशन जिहड़ा हैगा अज कर रहे हैं जिहदे विच टोटल साढ़े 8 SHOs 2 चौंकी इंचार्ज ते 8 GOs इस ऑपरेशन दे विच अज लगे हैगे आ। जिवें तुसीं देखिया हुणा स्ट्रीट क्राइम बहुत हो रहा है, स्नैचिंग बहुत हो रही है, बर्गरीज बहुत हो रही हैं, थैफ्ट बहुत हो रही है, उहदे संबंध विच अज ये ऑपरेशन जिहड़ा हैगा चला रहा जा रहा है। सर कोई कमी आई है NDPS मामले दे विच? बहुत आई है, रिकवरी बहुत हो रही है ते 100% आपां नहीं कह सकते लेकिन फिर भी कहिंदे मतलब असीं काफी लार्ज स्केल ते असीं इह रिकवरी असीं कीती है। किन्ना कु सर फायदा हो रहा इस मुहिम दे नाल? काफी फायदा हो रहा जी, मेरे हिसाब नाल 99% फायदा हो रहा। लोकां च इक सिक्योरिटी जारी हैगी भी जिहड़ी पुलिस हैगी है हमेशा दर पर दर तैयार रहिंदी हैगी हरेक पासे ते अज जिहड़ा सर्च ऑपरेशन हैगा उहदे च कोई रिकवरी हुंदी है ਉਹਦੇ ਜੇ ਸ਼ਾਮ ਨੂੰ ਤੁਹਾਨੂੰ SSP ਸਾਹਿਬ ਬਾਈਟ ਦੇ ਦੇਣਗੇ। ਸਰ ਪ੍ਰਾਪਰਟੀਆਂ ਸੀਲ ਕੀਤੀਆਂ ਜਾ ਰਹੀਆਂ ਨੇ, ਕੀ ਚੇਤਾਵਨੀ ਦਵੋਗੇ ਜਿਹੜੇ ਮਾਣੇ ਜਿਹੜੇ ਅਨਸਰ ਨੇ ਖਾਸ ਕਰਕੇ ਜਿਹੜੇ ਨਸ਼ਾ ਵੇਚਣ ਵਾਲੇ ਨੇ ਜਿਹੜੇ ਨੌਜਵਾਨੀ ਨੂੰ ਜਿਹੜਾ ਖਤਮ ਕਰ ਰਹੇ ਨੇ? ਮੈਂ ਤਾਂ ਇਹ ਕਹੂੰਗਾ ਜਿੰਨੇ ਵੀ ਨੌਜਵਾਨ ਹੈਗੇ ਵੀ ਇਹ ਕਾਇੰਡਲੀ ਇਹ ਛੱਡ ਕੇ ਇਹਦੇ 'ਚ ਪਿਆ ਕੁਛ ਨਹੀਂ, ਤੁਸੀਂ ਦੇਖਿਆ ਹੋਣਾ ਵੀ ਕਿੰਨੀਆਂ ਮੌਤਾਂ ਹੋ ਗਈਆਂ, ਕਿੰਨੇ ਜਵਾਨ ਕਿੰਨੇ ਮੁੰਡੇ ਕਿੰਨੇ ਦੀ ਡੈਥ ਹੋ ਗਈ ਹੈ ਤੇ ਮੈਂ ਤਾਂ ਇਹਨਾਂ ਨੂੰ ਇਹੀ ਕਹਿੰਦੇ ਦੱਸੂੰਗਾ ਵੀ ਤੁਸੀਂ ਇਹ ਨਸ਼ਾ ਜਿਹੜਾ ਹੈਗਾ ਛੱਡ ਦਿਓ, ਇਹਦੇ 'ਚ ਕੁਛ ਨਹੀਂ ਪਿਆ ਹੈਗਾ, ਕਰਦੇ ਕਰ ਤਬਾਹ ਹੋ ਜਾਂਦੇ ਇਹਦੇ 'ਚ। ਸਰ ਜਿਹੜਾ ਸਰਚ ਆਪਰੇਸ਼ਨ ਕਰਿਆ ਗਿਆ ਕੀਤਾ ਗਿਆ ਹੈ ਇਹ ਉਹੀ ਪਰਿਵਾਰ ਨੇ ਜਿਨ੍ਹਾਂ ਦੇ ਪਹਿਲਾਂ NDPS ਦੇ ਮਾਮਲੇ ਪਹਿਲੇ ਚੱਲਦੇ ਸੀ? ਨਹੀਂ, ਕੁਛ ਤਾਂ ਉਹ ਪਰਿਵਾਰ ਹੈ ਜੀ ਤੇ ਕੁਛ ਜਿਹੜੇ ਆਈਡੈਂਟੀਫਾਈ ਕੀਤੇ ਜੇ ਕਹਿੰਦੇ ਮਤਲਬ ਜਿਹੜੇ ਹੈਗੇ ਵੀ ਵਿੱਚ ਹੋ ਸਕਦੇ ਹੈਗੇ ਉਹਨਾਂ ਨੂੰ ਆਈਡੈਂਟੀਫਾਈ ਕੀਤਾ ਡਰੱਗਸ ਸਿਟੀ ਵਾਲੇ ਤੇ SHOs DSPs ਤੇ SSP ਸਾਹਿਬ ਇਹ ਸਾਰੇ ਕਿਤੇ ਨਾਲ ਮਿਲ ਕੇ ਅਸੀਂ ਇਹ ਆਪਰੇਸ਼ਨ ਜਿਹੜਾ ਹੈਗਾ ਅੱਜ ਕਰ ਰਹੇ ਹਾਂ ਜਿਹਦੇ ਵਿੱਚ ਟੋਟਲ ਸਾਡੇ 8 SHOs 2 ਚੌਂਕੀ ਇੰਚਾਰਜ ਤੇ 8 GOs ਇਸ ਆਪਰੇਸ਼ਨ ਦੇ ਵਿੱਚ ਅੱਜ ਲੱਗੇ ਹੈਗੇ ਆ। ਜਿਵੇਂ ਤੁਸੀਂ ਦੇਖਿਆ ਹੋਣਾ ਸਟਰੀਟ ਕ੍ਰਾਈਮ ਬਹੁਤ ਹੋ ਰਹੀ ਹੈ, ਸਨੈਚਿੰਗ ਬਹੁਤ ਹੋ ਰਹੀ ਹੈ, ਬਰਗਰੀਜ ਬਹੁਤ ਹੋ ਰਹੀਆਂ, ਥੈਫਟ ਬਹੁਤ ਹੋ ਰਹੀ ਹੈ, ਉਹਦੇ ਸੰਬੰਧ ਵਿੱਚ ਅੱਜ ਇਹ ਆਪਰੇਸ਼ਨ ਜਿਹੜਾ ਹੈਗਾ ਚਲਾ ਰਿਹਾ ਜਾ ਰਿਹਾ ਹੈਗਾ। ਸਰ ਕੋਈ ਕਮੀ ਆਈ ਹੈ NDPS ਮਾਮਲੇ ਦੇ ਵਿੱਚ? ਬਹੁਤ ਆਈ ਹੈ, ਰਿਕਵਰੀ ਬਹੁਤ ਹੋ ਰਹੀ ਹੈ ਤੇ 100% ਆਪਾਂ ਨਹੀਂ ਕਹਿ ਸਕਦੇ ਲੇਕਿਨ ਫਿਰ ਵੀ ਕਹਿੰਦੇ ਮਤਲਬ ਅਸੀਂ ਕਾਫੀ ਲਾਰਜ ਸਕੇਲ ਤੇ ਅਸੀਂ ਇਹ ਰਿਕਵਰੀ ਅਸੀਂ ਕੀਤੀ ਹੈ। ਕਿੰਨਾ ਕੁ ਸਰ ਫਾਇਦਾ ਹੋ ਰਿਹਾ ਇਸ ਮੁਹਿੰਮ ਦੇ ਨਾਲ? ਕਾਫੀ ਫਾਇਦਾ ਹੋ ਰਿਹਾ ਜੀ, ਮੇਰੇ ਹਿਸਾਬ ਨਾਲ 99% ਫਾਇਦਾ ਹੋ ਰਿਹਾ। ਲੋਕਾਂ 'ਚ ਇੱਕ ਸਿਕਿਉਰਿਟੀ ਜਾਰੀ ਹੈਗੀ ਵੀ ਜਿਹੜੀ ਪੁਲਿਸ ਹੈਗੀ ਹੈ ਹਮੇਸ਼ਾ ਦਰ ਪਰ ਦਰ ਤਿਆਰ ਰਹਿੰਦੀ ਹੈਗੀ ਹਰੇਕ ਪਾਸੇ ਤੇ ਅੱਜ ਜਿਹੜਾ ਸਰਚ ਆਪਰੇਸ਼ਨ ਹੈਗਾ ਉਹਦੇ 'ਚ ਕੋਈ ਰਿਕਵਰੀ ਹੁੰਦੀ ਹੈ ਉਹਦੇ 'ਚ ਸ਼ਾਮ ਨੂੰ ਤੁਹਾਨੂੰ SSP ਸਾਹਿਬ ਬਾਈਟ ਦੇ ਦੇਣਗੇ। ਸਰ ਪ੍ਰਾਪਰਟੀਆਂ ਸੀਲ ਕੀਤੀਆਂ ਜਾ ਰਹੀਆਂ ਨੇ, ਕੀ ਚੇਤਾਵਨੀ ਦਵੋਗੇ ਜਿਹੜੇ ਮਾਣੇ ਜਿਹੜੇ ਅਨਸਰ ਨੇ ਖਾਸ ਕਰਕੇ ਜਿਹੜੇ ਨਸ਼ਾ ਵੇਚਣ ਵਾਲੇ ਨੇ ਜਿਹੜੇ ਨੌਜਵਾਨੀ ਨੂੰ ਜਿਹੜਾ ਖਤਮ ਕਰ ਰਹੇ ਨੇ? ਮੈਂ ਤਾਂ ਇਹ ਕਹੂੰਗਾ ਜਿੰਨੇ ਵੀ ਨੌਜਵਾਨ ਹੈਗੇ ਵੀ ਇਹ ਕਾਇੰਡਲੀ ਇਹ ਛੱਡ ਕੇ ਇਹਦੇ 'ਚ ਪਿਆ ਕੁਛ ਨਹੀਂ, ਤੁਸੀਂ ਦੇਖਿਆ ਹੋਣਾ ਵੀ ਕਿੰਨੀਆਂ ਮੌਤਾਂ ਹੋ ਗਈਆਂ, ਕਿੰਨੇ ਜਵਾਨ ਕਿੰਨੇ ਮੁੰਡੇ ਕਿੰਨੇ ਦੀ ਡੈਥ ਹੋ ਗਈ ਹੈ ਤੇ ਮੈਂ ਤਾਂ ਇਹਨਾਂ ਨੂੰ ਇਹੀ ਕਹਿੰਦੇ ਦੱਸੂੰਗਾ ਵੀ ਤੁਸੀਂ ਇਹ ਨਸ਼ਾ ਜਿਹੜਾ ਹੈਗਾ ਛੱਡ ਦਿਓ, ਇਹਦੇ 'ਚ ਕੁਛ ਨਹੀਂ ਪਿਆ ਹੈਗਾ, ਕਰਦੇ ਕਰ ਤਬਾਹ ਹੋ ਜਾਂਦੇ ਇਹਦੇ 'ਚ। ਸਰ ਜਿਹੜਾ ਸਰਚ ਆਪਰੇਸ਼ਨ ਕਰਿਆ ਗਿਆ ਕੀਤਾ ਗਿਆ ਹੈ ਇਹ ਉਹੀ ਪਰਿਵਾਰ ਨੇ ਜਿਨ੍ਹਾਂ ਦੇ ਪਹਿਲਾਂ NDPS ਦੇ ਮਾਮਲੇ ਪਹਿਲੇ ਚੱਲਦੇ ਸੀ? ਨਹੀਂ, ਕੁਛ ਤਾਂ ਉਹ ਪਰਿਵਾਰ ਹੈ ਜੀ ਤੇ ਕੁਛ ਜੇ ਆਈਡੈਂਟੀਫਾਈ ਕੀਤੇ ਜੇ ਕਹਿੰਦੇ ਮਤਲਬ ਜਿਹੜੇ ਹੈਗੇ ਵੀ ਵਿੱਚ ਹੋ ਸਕਦੇ ਹੈਗੇ ਉਹਨਾਂ ਨੂੰ ਆਈਡੈਂਟੀਫਾਈ ਕੀਤਾ।